ਜਿੱਦਾਂ ਸਾਰੇ ਦੋਸਤ ਜਾਣਦੇ ਹੋ ਕਿ ਗਰਮੀ ਪਾਕਿਸਤਾਨ ਦੇ ਵਿੱਚ ਬੜੀ ਪੈ ਰਹੀ, ਅਤੇ ਜਦੋਂ ਗਰਮੀ ਜ਼ਿਆਦਾ ਪੈ ਰਹੀ ਤਾਂ ਅਸੀਂ ਸੋਚਿਆ ਕਿ ਜਨਾਬ ਤੁਸੀਂ ਉੱਥੇ ਨਾ ਚੱਲੀਏ। ਸਾਨੂੰ ਇੱਕ ਪੱਕੇ ਬੰਦੇ ਨੇ ਦੱਸਿਆ ਕਿ ਜਨਾਬ ਮੀਆਂ ਹੁੰਦੇ ਖੇਰਾ ਸਾਹਿਬ ਨੇ ਬਹੁਤ ਜ਼ਿਆਦਾ ਸਾਡਾ ਰਿਹਾ, ਅਤੇ ਅਸੀਂ ਦੱਸਿਆ ਤਾਂ ਕਿਹਾ ਨਹੀਂ ਯਾਰ ਤੁਸੀਂ ਸਾਨੂੰ ਦੱਸਦੇ ਇਹ ਜਨਾਬ ਉਹਨਾਂ ਦਾ ਫਾਰਮ ਦੱਸੇ ਅਤੇ ਇਹ ਜਨਾਬ ਨਾਲ ਉਹਨਾਂ ਦੇ ਖੇਤ ਹੈਗੇ ਨੇਗੇ, ਇਹ ਉਹਨਾਂ ਦਾ ਦਿਖਾਇਆ ਜਨਾਬ, ਇਹ ਉਹਨਾਂ ਦੇ ਖੇਤ ਹੈਗੇ ਨੇ ਅਤੇ ਮਾਸ਼ਾ ਅੱਲਾਹ ਬੜਾ ਰੰਗ ਬਿਰੰਗੇ ਦੁਨੀਆ ਰੰਗ ਬਿਰੰਗਾ ਮਾਹੌਲ, ਅਤੇ ਫਿਰ ਅਸੀਂ ਜਨਾਬ ਇਹ ਥੱਲੋਂ ਪਾਣੀ ਨਹਿਰ ਦਾ ਗੁਜ਼ਰਦਾ ਪਿਆ, ਤੁਸੀਂ ਦੇਖਦੇ ਜਾਓ ਇਹ ਤੋਂ ਕਰਜਾ ਦਾ ਬੁਲਦਾ ਪਿਆ, ਬੜਾ ਸਿਸਟਮ ਬਣ ਰਿਹਾ ਜਨਾਬ। ਫਿਰ ਅਸੀਂ ਜਨਾਬ ਜਦੋਂ ਉੱਥੇ ਪਹੁੰਚੇ ਤਾਂ ਵੇਖਿਆ ਪਾਣੀ ਗੰਦਾ ਸੀ, ਤਾਜ਼ਾ ਤਾਜ਼ਾ ਟਾਟਾ ਬਣਿਆ ਹੋਇਆ ਸੀ, ਅਤੇ ਆਹ ਬੱਚੇ ਜਿਹੜੇ ਡਰੂਆਂ ਤਰ੍ਹਾਂ ਉਕਲਦੇ ਪਏ ਸਨ, ਇਹ ਕਿੱਦਾਂ ਰਾਤ ਅੰਦਰ ਤਰ੍ਹਾਂ ਛਾਲ ਮਾਰਦਾ ਹੈ, ਤੈਨੂੰ ਵਾਰ ਵਾਰ ਮਨਾ ਕੀਤਾ ਕਿ ਬਾਹਰ ਆ ਜਾ, ਤੇ ਕਹਿੰਦੇ ਨਹੀਂ ਆਹ ਗੁੱਸਾ ਆ ਗਿਆ, ਇਹ ਮੀਆਂ ਸਾਹਿਬ ਨਾਲ ਐਸੀ ਵਿਧੀ ਬਣਾਉਣੀ ਹੈ ਸਾਹਿਬ ਸ਼ਿਵ ਸਾਹਿਬ ਕੀਤੀ ਨਾ ਬਾਈ ਤਿਆਰ ਵੀ ਕਰੇ ਜੀ, ਅਤੇ ਵੀ ਬੜਾ ਡਰਦਾ ਤਿਆਰ ਸੀ, ਦੇਖਿਆ ਪਾਣੀ ਕਦੇ ਦੇਖ ਕੇ ਅਸੀਂ ਨਹੀਂ ਇਰਾਦਾ ਕੈਂਸਲ ਕਰ ਦਿੱਤਾ, ਅਸੀਂ ਦਿਲ ਚੈਨ ਕਿਤੇ ਨਹੀਂ ਲਾਉਣਾ, ਦੋ ਚਾਰ ਦਿਨਾਂ ਤੱਕ ਜਨਾਬ ਅਤੇ ਪਾਣੀ ਸਾਫ ਹੋ ਜਾਏਗਾ ਫਿਰ ਲਾਵਾਂਗੇ, ਅਤੇ ਉਹ ਮੀਆਂ ਸਾਹਿਬ ਨੂੰ ਅਸੀਂ ਮੁਬਾਰਕ ਪਾ ਦਿੱਤੀ ਔਰ ਕਿਹਾ ਕਿ ਜਨਾਬ ਤੁਸੀਂ ਬੜਾ ਚੰਗਾ ਕੰਮ ਕੀਤਾ, ਉਹਦੇ ਪਾਕ ਪਤਨ ਦਾ ਜਿਹੜਾ ਨਾਂ ਰੋਸ਼ਨ ਕਰਤਾ, ਬੰਦੇ ਦਾ ਨਾਂ ਰੋਸ਼ਨ ਕਰ ਦਿੱਤਾ, ਐਡਾ ਬੰਦਾ ਸਾਡਾ ਬਣਾ ਦਿੱਤਾ, ਸਭ ਦੁਨੀਆ ਨਾਲ ਹੋ ਗਈ, ਇਹ ਟਰੈਕਟਰ ਵਾਲਾ ਵੀ ਸਾਡੀ ਜਿਹੜੀ ਹੋਈ ਕਿ ਸਾਡੇ ਬੰਦੇ ਆ ਗਿਆ, ਉਹਨੇ ਵੀ ਇਸ਼ਾਰਾ ਕੀਤਾ, ਅਤੇ ਇਹ ਮੀਆਂ ਸਾਹਿਬ ਨੂੰ ਜਨਾਬ ਕਹਿ ਰਿਹਾ ਕਿ ਜਨਾਬ ਤੁਹਾਡੀ ਵੀਡੀਓ ਕੰਮ ਕੀਤੀ, ਮੀਆਂ ਸਾਹਿਬ ਬੜੇ ਮੀਆਂ ਸਾਹਿਬ ਬੜੇ ਖੁਸ਼ ਹੋਏ, ਮੀਆਂ ਸਾਹਿਬ ਨੇ ਸਾਨੂੰ ਜਨਾਬ ਬੜੇ ਅੱਛੇ ਤਰੀਕੇ ਨਾਲ ਵੈਲਕਮ ਕੀਤਾ, ਮੀਆਂ ਸਾਹਿਬ ਨੇ ਕਿਹਾ ਕਿ ਜਨਾਬ ਡੀਜੇ ਤੁਹਾਡੀ ਨੈਕਸਟ ਟਾਈਮ ਜਦੋਂ ਤੁਹਾਡਾ ਦਿਲ ਤੁਸੀਂ ਨਾ ਹੋ, ਲੇਕਿਨ ਸਾਡਾ ਪਾਣੀ ਵਾਲੇ ਰੇਟ 'ਤੇ ਸਾਡਾ ਦਿਲ ਖਰਾਬ ਹੋ ਗਿਆ,